ਮੈਂ ਪੁੱਛਿਆ ਮਿਗੀ ਕਿ ਇਸ ਵਾਰੀ ਤੋਂ ਬੱਕਰੀ ਰੈਲੀ ਕਾਹਦੀ ਕੱਢੀ ਹੈ। ਦੇਖੋ ਅਸ ਯੁਵਾ ਰਾਜਪੂਤ ਸਭਾ ਤੋਂ ਮੈਂ 2012 ਵਿੱਚ ਲੰਮੇ 16-17 ਸਾਲਾਂ ਦਾ ਹੌਲਾ ਚਲਾ ਰਹਾ, ਲੇਕਿਨ ਅਗਰ ਸਾਡੀ ਬ੍ਰਾਹਮਣ ਸਭਾ, ਮਹਾਜਨ ਸਭਾ, ਜਾਟ ਸਭਾ, ਸਾਡੀ ਬਾਰ ਐਸੋਸੀਏਸ਼ਨ ਹੈ, ਟਰਾਂਸਪੋਰਟ ਹੈ, ਚੈਂਬਰ ਆਫ ਕਾਮਰਸ ਹੈ, ਅਗਰ ਉਹ ਆਪਣੀ ਆਪਣੀ ਵਿੰਗ ਦੀ ਗੱਲਾਂ ਕਰੀ ਸਕਦੀ ਹੈ ਤੇ ਕਿਆ ਯੁਵਾ ਰਾਜਪੂਤ ਸਭਾ ਰਾਜਪੂਤ ਦੀ ਗੱਲ ਕਿਉਂ ਨਹੀਂ ਕਰ ਸਕਦੀ? ਵਿਰੋਧ ਆਉਣ ਦੇ ਗੱਲ ਕਿ ਅਗਰ ਯੁਵਾ ਰਾਜਪੂਤ ਸਭਾ ਚਲੇਗੀ ਤਾਂ ਸਿਰਫ ਰਾਜਪੂਤ ਦੇ ਗੱਲੇ ਲਈ ਚਲੇਗੀ, ਰਾਜਪੂਤ ਦੇ ਹਿੱਤ ਲਈ ਚਲੇਗੀ? ਜੋਲਾ ਜੋਲਾ ਪੂਰੇ ਜੰਮੂ ਕਸ਼ਮੀਰ ਦੀ ਸਾਰੀ ਜ਼ਰੂਰਤ ਪਊਗ, ਰਾਜਪੂਤ ਦੀ ਜ਼ਰੂਰਤ ਪਊਗ। ਅਸ ਆਪਣੇ ਬ੍ਰਾਹਮਣ ਸਮਾਜ ਬਣਾਏ ਗੱਲ, ਮਹਾਜਨ ਸਮਾਜ ਬਣਾਏ ਗੱਲ, ਹੋਰ ਬਿਰਾਦਰੀ ਗੱਲ, ਬਾਰ ਐਸੋਸੀਏਸ਼ਨ, ਚੈਂਬਰ ਆਫ ਕਾਮਰਸ, ਟਰਾਂਸਪੋਰਟ ਗੱਲ, ਕੰਧੇ ਤੋਂ ਕੰਧਾ ਬਣਾਈ ਅਖਲੋਕੇ ਤੇ ਆਪਣੇ ਜੰਮੂ ਦੀ ਗੱਲ ਕਰ ਗਿਆ। ਯੁਵਾ ਰਾਜਪੂਤ ਸਭਾ ਦੀ ਪ੍ਰਾਇਓਰਟੀ ਜਿਹੜੀ ਹੈ ਉਹ ਸਿਰਫ ਰਾਜਪੂਤ ਸਮਾਜ ਰੋਏਗਾ, ਰਾਜਪੂਤ ਰਾਜਪੂਤ ਵੈਲਫੇਅਰ ਬੋਰਡ ਫਾਈਨੈਂਸ਼ੀਅਲ ਸਪੋਰਟ ਲਈ ਬਣਾਇਆ ਜਾਂਦਾ। ਜੋਰੀ ਪੁੱਛ ਪਹਾੜੀ ਬੈਲਟ ਤੇ ਰਾਜਪੂਤ ਇੱਥੋਂ ਆਉਂਦੇ ਨਾ, ਉਹਨੇ 500-700 ਰੁਪਇਆ ਸਿਰਫ ਹੋਟਲ ਲੈ ਲੈਣਾ ਪਊਗਾ। ਉਹਦੇ ਲਈ ਸਾਡਾ ਰਾਜਪੂਤ ਹੋਸਟਲ ਦੀ ਗੱਲ ਹੋਈ ਸੀ, ਸਾਡੀ ਡਿਮਾਂਡ ਸੀ।